ਕਿਉਂਕਿ ਜਿਹੜੀ ਇਹ ਸਭਾ ਬਣੀ ਹੈ ਇਹਨੂੰ ਕੋਈ ਬਹੁਤਾ ਅਰਸਾ ਨਹੀਂ ਹੋਇਆ ਬਣੀ ਨੂੰ। ਇਹ ਬੇਅੰਤ ਸਿੰਘ ਬਾਜਵਾ ਜੋ ਕਿ ਧੌਲੇ ਤੋਂ ਹੀ ਨੇ ਔਰ ਰਾਮ ਸਰੂਪ ਅਣਖੀ ਜੀ ਨੂੰ ਬਹੁਤ ਪਿਆਰ ਕਰਦੇ ਨੇ ਔਰ ਇਹਨਾਂ ਦੇ ਨਾਲ ਹੀ ਇਹਨਾਂ ਦਾ ਘਰ ਹੁੰਦਾ ਸੀ ਔਰ ਬੜੀ ਸਾਂਝ ਹੈ, ਨੇੜਤਾ ਹੈ ਇਹਨਾਂ ਦੇ ਪਰਿਵਾਰ ਦੀ, ਜੋ ਕਿ ਸਭਾ ਦੇ ਪ੍ਰਧਾਨ ਨੇ। ਮੈਂ ਉਹਨਾਂ ਨੂੰ ਮੰਚ 'ਤੇ ਬੁਲਾਊਂਗਾ ਕਿ ਉਹ ਸਵਾਗਤੀ ਬੋਲ ਨੇ ਜਿਹੜੇ ਅੱਜ ਦੇ, ਉਹ ਆ ਕੇ ਸਭਾ ਬਾਰੇ ਅਤੇ ਸਾਰਿਆਂ ਨੂੰ ਸਵਾਗਤ ਕਰਦੇ ਹੋਏ ਆਪਣੇ ਸ਼ਬਦ ਬੋਲਣ। ਰਾਮ ਸਰੂਪ ਅਣਖੀ ਸਾਹਿਤ ਸਭਾ ਧੌਲਾ ਦੇ ਨਿੱਘੇ ਸੱਦੇ 'ਤੇ ਹਾਜ਼ਰ ਪ੍ਰਧਾਨਗੀ ਮੰਡਲ, ਜੇਕਰ ਮੈਂ ਇਕੱਲੇ ਇਕੱਲੇ ਦਾ ਨਾਮ ਲਵਾਂ ਤਾਂ ਸਮਾਂ ਵੀ ਬਹੁਤਾ ਲੱਗ ਜਾਣਾ ਅਤੇ ਮੰਚ 'ਤੇ ਬੈਠੀਆਂ ਸ਼ਖਸੀਅਤਾਂ ਕਿਸੇ ਜਾਣ ਪਹਿਚਾਣ ਦੀਆਂ ਮੁਹਤਾਜ ਨਹੀਂ। ਸਾਡੇ ਇਸ ਨਿੱਘੇ ਸੱਦੇ 'ਤੇ ਪਹੁੰਚੀਆਂ ਸ਼ਖਸੀਅਤਾਂ ਦਾ ਮੈਂ ਸਭਾ ਵੱਲੋਂ ਜੀ ਆਇਆਂ ਆਖਦਾਂਗਾ, ਨਿੱਘਾ ਸਵਾਗਤ ਕਰਦਾਂਗਾ। ਸਵਾਗਤ ਦੇ ਨਾਲ ਹੀ ਮੈਂ ਸਿਰਫ ਇੱਕ ਮਿੰਟ, ਸਭਾ ਬਣਾਉਣ ਦਾ ਮਕਸਦ ਕੀ ਸੀ, ਕਿੱਦਾਂ ਇਹ ਸਭਾ ਹੋਣ ਦੇ ਵਿੱਚ ਆਈ। ਰਾਮ ਸਰੂਪ ਅਣਖੀ ਜੀ ਸਾਡੇ ਅੰਦਰਲੇ ਘਰ ਕੰਧ ਸਾਂਝੀ ਸੀ, ਮੈਂ ਬਹੁਤ ਛੋਟਾ ਸੀ ਜਦੋਂ ਉਹ ਬਰਨਾਲੇ ਚਲੇ ਗਏ, ਪਰ ਉਹਨਾਂ ਦੀ ਸਾਂਝ ਸਦਾ ਪਿੰਡ ਨਾਲ, ਖਾਸਕਰ ਅਗਵਾੜ ਦੇ ਲੋਕਾਂ ਨਾਲ ਗੂੜੀ ਰਹੀ। ਬੇਸ਼ੱਕ ਉਹ ਬਰਨਾਲੇ ਚੱਲ ਗਏ ਸੀ, ਪਰ ਉਹਨਾਂ ਦਾ ਜਿਹੜਾ ਮਨ ਸੀ ਉਹ ਖੁੱਡੀ ਪੱਤੀ ਅਗਵਾੜ ਦੇ ਵਿੱਚ, ਖੁੱਡੀ ਪੱਤੀ ਦੇ ਖੇਤਾਂ ਦੇ ਵਿੱਚ ਹਮੇਸ਼ਾ ਰਿਹਾ। ਆਮ ਆਪਾਂ ਪਿੰਡਾਂ ਦੇ ਵਿੱਚ ਜਿਹੜੇ ਘਰ ਦੇ ਬੱਚੇ ਹੁੰਦੇ ਉਹਨਾਂ ਨੂੰ ਕੰਮ ਦੇ ਵਿੱਚ ਲਾ ਲੈਂਦੇ ਹਾਂ ਆਪਾਂ ਆਪਣੇ ਮਾਂ ਪਿਓ, ਇਸੇ ਤਰ੍ਹਾਂ ਸਾਨੂੰ ਵੀ ਸਾਡੇ ਘਰ ਦੇ ਜਦੋਂ ਵਿਹਲੇ ਹੁੰਦੇ ਪੜ੍ਹਾਈ ਤੋਂ ਕਣਕ ਵੱਢਣ ਲਈ ਨਾਲ ਲੈ ਜਾਂਦੇ, ਤਾਂ 3-4 ਸੀਜ਼ਨ ਅਣਖੀ ਸਾਹਿਬ ਉੱਥੇ ਆਉਂਦੇ ਰਹੇ। ਆਪਾਂ ਨੂੰ ਪਤਾ ਵੀ 14 ਫਰਵਰੀ 2010 ਨੂੰ ਆਪਾਂ ਤੋਂ ਵਿਛੜ ਗਏ। ਉਸ ਤੋਂ ਪਹਿਲਾਂ ਉਹ 3-4 ਸਾਲ ਲਗਾਤਾਰ ਸਾਡੇ ਕੋਲ ਆਉਂਦੇ, ਹਾੜੀ ਵੱਢਦਿਆਂ ਕੋਲ ਆਉਂਦੇ, ਤਾਂ ਉਹ ਅਕਸਰੀ ਸਿਰਫ ਦੁੱਲੇ ਦੀ ਢਾਬ ਕਿਤਾਬ ਬਾਰੇ ਮੇਰੇ ਨਾਲ ਗੱਲਾਂ ਕਰਦੇ। ਅਸਲ ਉਦੋਂ ਮੈਨੂੰ ਇੰਨਾ ਸਾਹਿਤ ਬਾਰੇ ਵੀ ਗਿਆਨ ਨਹੀਂ ਸੀ। ਚਲੋ ਹਜੇ ਵੀ ਅਸੀਂ ਇੱਕ ਨਵਾਣੇ ਜਿਹੇ ਹਾਂ, ਹਜੇ ਵੀ ਸਾਨੂੰ ਲਿਖਣਾ ਨਹੀਂ ਆਉਂਦਾ, ਟੁੱਟਾ ਫੁੱਟਾ ਅਸੀਂ ਲਿਖ ਰਹੇ ਹਾਂ। ਪਰ ਉਦੋਂ ਫਸਟ ਟਾਈਮ ਉਹਨਾਂ ਦੀ ਜਿਹੜੀ ਸੰਗਤ ਕਰਨ ਦਾ ਮੌਕਾ ਮਿਲਿਆ, ਉਹਨਾਂ ਨੇ ਮੈਨੂੰ ਦੱਸਿਆ ਆਮ ਹੀ ਜਿੱਦਾਂ ਆਪਾਂ ਘਰਾਂ ਦੇ ਵਿੱਚ ਗੱਲਾਂ ਕਰਦੇ ਹਾਂ ਵੀ ਜੀ ਫਲਾਨਾ ਜਿਹੜਾ ਜੈਲਾ ਸਿੰਘ ਸੀ ਉਹਨੇ ਖੁੱਡੀ ਕਲਾਂ ਕੋਲ ਜਿਹੜੀ ਟ੍ਰੇਨ ਤੋਂ ਛਾਲ ਮਾਰਤੀ ਉਹ ਦੁੱਲੇ ਢਾਬ ਦੇ ਵਿੱਚ ਜ਼ਿਕਰ ਆ, ਫਲਾਨੇ ਆਪਣੇ ਅਗਵਾੜ ਦੀ ਜਿਹੜੀ ਬੁੜੀ ਆ ਉਹਦਾ ਜ਼ਿਕਰ ਆ। ਇਸ ਤਰ੍ਹਾਂ ਉਹਨਾਂ ਤੋਂ ਸਾਨੂੰ ਥੋੜ੍ਹੀ ਮੋਟੀ ਚੇਟਕ ਲੱਗੀ, ਤਾਂ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਦੇ ਮੈਗਜ਼ੀਨ ਵਿੱਚ ਪਹਿਲੀ ਵਾਰ ਸਾਨੂੰ ਲਿਖਣ ਦਾ ਮੌਕਾ ਮਿਲਿਆ। 2007 ਦੇ ਵਿੱਚ ਅਸੀਂ ਉੱਥੋਂ ਪਾਸ ਆਊਟ ਹੋਏ, ਫਿਰ ਅਸੀਂ ਸਪੋਕਸਮੈਨ ਲਈ ਕੁਛ ਕਾਲਮ ਲਿਖਣੇ ਸ਼ੁਰੂ ਕੀਤੇ। ਉਸ ਤੋਂ ਬਾਅਦ ਸਾਡੇ ਪਿੰਡ ਦੀ ਨਾਮੀ ਸ਼ਖਸੀਅਤ ਲੋਕ ਕਵੀ ਮਾਸਟਰ ਜਗਰਾਜ ਧੌਲਾ ਜੀ, ਇਹਨਾਂ ਦੀ ਸੰਗਤ ਵਿੱਚ ਆ ਗਏ, ਕੁਛ ਸ਼ੋਰਟ ਮੂਵੀਜ਼ ਕੀਤੀਆਂ ਅਤੇ ਲਿਖਣ ਲਈ ਪ੍ਰੇਰਿਤ ਕਰਦੇ ਰਹੇ, ਕਿਤਾਬਾਂ ਲੈ ਕੇ ਪੜ੍ਹਦੇ ਰਹੇ ਇਹਨਾਂ ਤੋਂ। ਉਸ ਤੋਂ ਬਾਅਦ ਬਾਈ ਗੁਰਸੇਵਕ ਸਿੰਘ ਧੌਲਾ ਪੱਤਰਕਾਰੀ ਖੇਤਰ ਦੇ ਵਿੱਚ ਲਿਆਏ, ਪਹਿਰੇਦਾਰ ਅਜੀਤ ਕਈ ਅਖਬਾਰਾਂ ਦੇ ਵਿੱਚ ਲਿਖਣ ਦਾ ਮੌਕਾ ਮਿਲਿਆ ਅਤੇ ਇਹਨਾਂ ਦੇ ਆਸ਼ੀਰਵਾਦ ਸਦਕਾ ਗੁਰਸੇਵਕ ਸਿੰਘ ਧੌਲਾ ਮਾਸਟਰ ਜਗਰਾਜ ਧੌਲਾ ਜੀ, ਕਿਉਂਕਿ ਬਹੁਤੇ ਸਾਡੇ ਕੋਲ ਕਈ ਵਾਰ ਗੱਲਾਂ ਆ ਜਾਂਦੀਆਂ ਵੀ ਸਿਆਸਤ ਸਭਾ ਦੇ ਵਿੱਚ ਇਕੱਲੇ ਨੌਜਵਾਨ ਹੀ ਕਿਉਂ ਆ, ਕਿਉਂਕਿ 18-19 ਸਾਲ ਤੋਂ ਲੈ ਕੇ 30-31 ਸਾਲ ਤੱਕ ਦੇ ਸਾਰੇ ਨੌਜਵਾਨ ਇਸ ਸਭਾ ਦੇ ਵਿੱਚ ਕੰਮ ਕਰਦੇ ਨੇ, ਲਿਖਦੇ ਨੇ, ਅਖਬਾਰਾਂ ਲਈ ਕਾਲਮ ਲਿਖਦੇ ਨੇ। ਸਿਰਫ ਅਸੀਂ ਜਿਹੜੇ ਬਜ਼ੁਰਗ ਸੀ ਸਾਡੇ ਲੇਖਕ ਨੇ, ਅਸੀਂ ਉਹਨਾਂ ਦਾ ਸਿਰਫ ਆਸ਼ੀਰਵਾਦ ਲੈ ਕੇ ਚੱਲ ਰਹੇ ਹਾਂ ਅਤੇ ਜਿਹੜੀਆਂ ਇਹ ਨਿੱਕੀਆਂ ਨਿੱਕੀਆਂ ਪੈੜਾਂ ਉਹ ਪਾ ਰਹੇ ਹਾਂ। ਅਤੇ ਇਸ ਲਈ ਸਾਨੂੰ ਸੰਗਠਿਤ ਹੋਣ ਲਈ ਇਹ ਸਭਾ ਨੂੰ ਹੋਂਦ ਵਿੱਚ ਲਿਆਉਣਾ ਪਿਆ, ਅਸਲ ਵਿੱਚ ਸਾਡਾ ਫਰਜ਼ ਵੀ ਸੀ। ਅਸੀਂ ਦੇਖੋ ਮੁੱਲ ਤਾਂ ਨਹੀਂ ਤਾਰ ਸਕਦੇ ਅਣਖੀ ਸਾਹਿਬ ਦਾ, ਵਿਸ਼ਵ ਲੈਵਲ 'ਤੇ ਜਿਹੜਾ ਉਹਨਾਂ ਨੇ ਪਿੰਡ ਧੌਲੇ ਦਾ ਨਾਂ ਬਣਾਇਆ ਉਹ ਅਸੀਂ ਕਦੇ ਦੇਣ, ਸਾਰਾ ਪਿੰਡ ਦੇਣ ਨਹੀਂ ਦੇ ਸਕਦਾ, ਪਰ ਅਸੀਂ ਫਿਰ ਵੀ ਨਿੱਕੀਆਂ ਨਿੱਕੀਆਂ ਕੋਸ਼ਿਸ਼ਾਂ ਕਰ ਰਹੇ ਹਾਂ
ਵੀ ਥੋੜ੍ਹਾ ਮੋਟਾ ਜਿਹੜਾ ਕਰਜ਼ਾ ਉਤਾਰ ਸਕੀਏ। ਇਸ ਮੰਤਵ ਨੂੰ ਲੈ ਕੇ ਸਭਾ ਬਣੀ ਹੈ ਵੀ ਆਪਾਂ ਜਿਹੜਾ ਮਿਆਰੀ ਸਿਹਤ ਆ ਉਹਨੂੰ ਪ੍ਰਫੁੱਲਿਤ ਕਰੀਏ ਅਤੇ ਨਾਲ ਸਭਨਾ ਸਭਾਵਾਂ ਨੂੰ ਲੈ ਕੇ ਉਹਨਾਂ ਦਾ ਸਹਿਯੋਗ ਲੈ ਕੇ ਜਿੰਨੀਆਂ ਵੀ ਸਭਾਵਾਂ ਸਾਡੇ ਬਰਨਾਲੇ ਦੇ ਵਿੱਚ ਕੰਮ ਕਰਦੀਆਂ ਨੇ ਉਹਨਾਂ ਦਾ ਵੀ ਅਸੀਂ ਸਹਿਯੋਗ ਲੈ ਕੇ ਇਹ ਸਮਾਗਮ ਕਰਦੇ ਰਹਿੰਦੇ ਹਾਂ। ਅਤੇ ਧੰਨਵਾਦ ਸਾਰਿਆਂ ਦੀ ਜਿੰਨੀ ਪ੍ਰਧਾਨਗੀ ਮੰਡਲ ਆ ਅਤੇ ਹੋਰ ਵੀ ਲੇਖਕ ਉਚੇਚੇ ਤੌਰ 'ਤੇ ਪਹੁੰਚੇ ਆ, ਪ੍ਰੈਸ ਦਾ ਭਾਈਚਾਰਾ ਪਹੁੰਚਿਆ, ਇਹਨਾਂ ਦਾ ਜੀ ਆਇਆਂ ਆਖਦੇ ਹਾਂ। ਸਭ ਤੋਂ ਸਪੈਸ਼ਲ ਥੈਂਕਸ ਮੈਂ ਕਰਦਾ ਸ਼੍ਰੀ ਵਰਨ ਭਾਰਤੀ ਜੀ, YS ਕਾਲਜ ਐਂਡ ਮੈਨੇਜਮੈਂਟ ਹੰਡਿਆਇਆ, ਜਿਨ੍ਹਾਂ ਨੇ ਸਾਨੂੰ ਇਹ ਮੰਚ ਪ੍ਰੋਵਾਈਡ ਕਰਵਾਇਆ ਗਾ ਅਤੇ ਅਸੀਂ ਉਮੀਦ ਕਰਦੇ ਹਾਂ ਵੀ ਇਸੇ ਤਰ੍ਹਾਂ ਸਾਨੂੰ ਅੱਗੇ ਤੋਂ ਵੀ ਸਹਿਯੋਗ ਕਰਨਗੇ ਤਾਂ ਜੋ ਆਪਾਂ ਰਲ ਮਿਲ ਕੇ ਜਿਹੜੀਆਂ ਸਾਹਿਤਕ ਪੈੜਾਂ ਉਹ ਪਾਉਂਦੇ ਰਹੀਏ। ਅਤੇ ਇਸ ਸਮਾਗਮ ਦੇ ਵਿੱਚ ਸਾਨੂੰ ਪਤਾ ਵੀ ਕਮੀ ਇੱਕ ਕਮੀ ਨਹੀਂ, ਕਮੀਆਂ ਬਹੁਤ ਹੋਣਗੀਆਂ ਅਨੇਕਾਂ, ਕਿਉਂਕਿ ਅਸੀਂ ਨਵੇਂ ਨੌਜਵਾਨ ਹਾਂ, ਸਾਹਿਤਕ ਲਈ ਕੰਮ ਕਰ ਰਹੇ ਹਾਂ, ਸਾਹਿਤ ਲਈ ਕੰਮ ਕਰ ਰਹੇ ਹਾਂ, ਬਹੁਤ ਕਮੀਆਂ ਰਹਿ ਜਾਂਦੀਆਂ ਜਵਾਕਾਂ ਤੋਂ। ਆਪਦੇ ਜਵਾਕ ਛੋਟੇ ਜਵਾਕ ਸਮਝ ਕੇ ਮਾਫ਼ ਕਰ ਦਿਓ ਜੀ, ਅਤੇ ਅੱਗੇ ਤੋਂ ਅਸੀਂ ਵਾਅਦਾ ਕਰਦੇ ਹਾਂ ਵੀ ਹੋਰ ਵੀ ਵਧੀਆ ਜਿਹੜੇ ਪ੍ਰੋਗਰਾਮ ਕਰਨ ਦਾ ਅਸੀਂ ਯਤਨ ਕਰਾਂਗੇ। ਬਹੁਤ ਬਹੁਤ ਥੈਂਕਸ, ਧੰਨਵਾਦ ਸਾਰਿਆਂ ਦਾ ਜੀ।